ਬੀਤੀ ਦੇਰ ਰਾਤ ਰੇਲਵੇ ਲਾਈਨ ਦੇ ਨੀਚੋਂ ਸੀਵਰੇਜ ਲਾਈਨ ਧਸਣ ਕਾਰਨ ਜਿੱਥੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਤਾਂ ਉੱਥੇ ਹੀ ਸ਼ਹਿਰ ਅੰਦਰ ਸੀਵਰੇਜ ਸਮੱਸਿਆ ਪੈਦਾ ਹੋਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੂੰ ਸੀਵਰੇਜ ਸੰਬੰਧੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਐਕਸੀਅਨ ਬਠਿੰਡਾ ਜੋਨ GP ਸਿੰਘ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ SDO ਨੇ ਕਿਹਾ ਕਿ ਰੇਲਵੇ ਲਾਈਨ ਹੇਠੋਂ ਲੰਘਦਾ ਸੀਵਰੇਜ ਕਰੀਬ 40 ਤੋਂ 50 ਸਾਲ ਪੁਰਾਣਾ ਹੈ ਤੇ ਇਹ ਰਿਪੇਅਰ ਹੋਣ ਦੇ ਯੋਗ ਨਹੀਂ ਹੈ। ਇਸ ਲਈ ਸੀਵਰੇਜ ਵਿਭਾਗ ਵੱਲੋਂ ਨਵੀਂ ਸੀਵਰੇਜ ਲਾਈਨ ਪਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨ ਤਾਂ ਜੋ ਕੋਈ ਹੋਰ ਸਮੱਸਿਆ ਨਾ ਹੋ ਸਕੇ। ਦੱਸਣਯੋਗ ਗੱਲ ਇਹ ਹੈ ਕਿ ਰੇਲਵੇ ਲਾਈਨ ਦੇ ਥੱਲੇ ਸੀਵਰੇਜ ਬੈਠਣ ਕਾਰਨ ਸ਼ਹਿਰ ਦੇ ਵੱਖ ਵੱਖ ਵਾਰਡ ਪ੍ਰਭਾਵਿਤ ਹੋਣ ਦੇ ਡਰ ਬਣੇ ਹੋਏ ਨੇ, ਜਿਸ ਕਰਕੇ ਆਉਣ ਵਾਲੇ 1-2 ਦਿਨ ਵਿੱਚ ਸੀਵਰੇਜ ਬਲੋਕੇਜ ਵਰਗੇ ਹਾਲਾਤ ਵੀ ਬਣ ਸਕਦੇ ਨੇ। ਇਸ ਦੇ ਨਾਲ ਉਹਨਾਂ ਕਿਹਾ ਕਿ ਲੋਕਾਂ ਨੂੰ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ, ਇਸ ਤੋਂ ਨਜਾਤ ਦਿਵਾਉਣ ਲਈ ਵਿਭਾਗ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਬੇਸਿਕਲੀ ਜਿਹੜਾ ਕੱਲ੍ਹ ਇੱਕ ਹਾਦਸਾ ਵਾਪਰਿਆ, ਐਕਸੀਡੈਂਟ ਕਹਿ ਸਕਦੇ ਹਾਂ ਅਸੀਂ, ਰੇਲਵੇ ਟਰੈਕ ਦੇ ਥੱਲੇ ਇੱਕ ਸੀਵਰ ਪੁਰਾਣਾ ਜਿਹੜਾ ਕਿ 1963 ਤੋਂ ਲੈ ਕੇ 70 ਦੇ ਵਿਚਾਲੇ ਲਗਾਇਆ ਗਿਆ ਸੀਗਾ। ਉਦੋਂ ਜ਼ਮੀਨੀ ਪਾਣੀ ਸੇਮ ਦੀ ਸਤਾ 200 ਫੁੱਟ ਦੇ ਕਰੀਬ ਹੁੰਦੀ ਸੀ ਕਿੱਧਰ ਬਾਜੀ, ਜਿਹੜੀ ਕਿ ਹੁਣ 11-12 ਫੁੱਟ 'ਤੇ ਹੈਗੀ ਹੈ। ਪਿਛਲੇ 55 ਸਾਲ ਤੋਂ ਜਾਂ 50 ਸਾਲ ਤੋਂ ਸੀਵਰ ਸਹੀ ਕੰਮ ਕਰ ਰਿਹਾ ਸੀਗਾ, ਪਰ ਇਹ ਜਿਹੜੀਆਂ ਭਰਵੀਆਂ ਬਾਰਿਸ਼ਾਂ ਐਤਕੀ ਹੋਈਆਂ ਅਤੇ ਸਾਰੇ ਸ਼ਹਿਰ ਪਾਣੀ ਭਰ ਗਿਆ, ਪਿਛਲੇ ਮਹੀਨਾ ਲਗਾਤਾਰ ਇਹ ਸੰਤਾਪ ਹੋ ਰਹੇ ਹਾਂ, ਉਸ ਨਾਲ ਓਵਰਬਰਡਨ ਹੋ ਕੇ ਸਿਸਟਮ ਇੱਕ ਸਟੈਚਰ ਰੇਲਵੇ ਦੇ ਥੱਲੇ ਜਿਹੜਾ ਸੀਗਾ ਉਹ ਕੱਲ੍ਹ ਕਲੈਪਸ ਕਰ ਗਿਆ। ਪਰ ਸਾਰਿਆਂ ਦੀ ਸਾਵਧਾਨੀ ਆ, ਉਹਦੇ ਕਰਕੇ ਕੋਈ ਹਾਦਸਾ ਨਹੀਂ ਵਾਪਰਿਆ। ਹੁਣ ਉਸ ਤੋਂ ਬਾਅਦ ਸਾਡੀ ਪ੍ਰੋਬਲਮ ਇਹ ਆ ਜਾਂਦੀ ਕਿ ਇਮੀਡੀਟਲੀ ਉਹ ਸੀਵਰ ਡੈਮੇਜ ਹੋ ਗਿਆ, ਉਹ ਸਾਨੂੰ ਛੱਡਣਾ ਪਵੇਗਾ, ਇਹਦਾ ਸ਼ਹਿਰ ਤੈਅ ਕਰਨਾ। ਇਸ ਬਾਰੇ ਰਾਤ ਤੇ ਸਾਨੂੰ ਰਾਜਾ ਵਰਿੰਗ ਜੀ ਨੇ, MLA ਸਾਹਿਬ ਲੋਕਲ ਨੇ ਕਾਫੀ ਹਦਾਇਤਾਂ ਦਿੱਤੀਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਵੀ, ਕਹਿੰਦਾ ਸਾਡਾ ਸਭ ਤੋਂ ਪਹਿਲਾਂ ਇਹ ਕਿ ਜਲਦੀ ਇਹਨਾਂ ਉਪਰਾਲਾ ਕੀਤਾ ਜਾਵੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ। ਅਸੀਂ ਇਹਦੇ ਵਾਸਤੇ ਸਾਰਿਆਂ ਨਾਲ ਪਹਿਲਾਂ ਅੱਜ ਜਿਹੜਾ ਅੱਜ ਤੋਂ ਹੀ ਸ਼ੁਰੂ ਕਰਤਾ, ਸਾਡਾ ਸਾਰਾ ਸਟਾਫ, ਸਾਡਾ ਬਠਿੰਡੇ ਦੇ ਵੈਕਸੀਨ ਸਾਹਿਬ ਅਤੇ ਜਿੰਨਾ ਡਰਾਇੰਗ ਬਣਾਏ ਦਾ ਸਟਾਫ ਇੱਥੇ ਪਹੁੰਚ ਗਏ ਹਾਂ। ਅਸੀਂ ਇਹਨੂੰ ਪ੍ਰਪੋਜ਼ ਕਰ ਰਹੇ ਹਾਂ ਕਿ ਆਰਜੀ ਇੰਜਨਾਂ ਨਾਲ ਤਾਂ ਪਾਣੀ ਅਸੀਂ ਲਾਲ ਕੋਠੀ ਡਿਸਪੋਜ਼ਲ 'ਤੇ ਲੈ ਕੇ ਜਾਵਾਂਗੇ, ਅਤੇ ਜੋ ਸਾਨੂੰ ਜਿੰਦਰ ਤੱਕ ਨਵਾਂ ਸੀਵਰ ਜੋ ਅਸੀਂ ਇਹਦੀ ਇਹ ਵਰਕਆਊਟ ਕਰ ਰਹੇ ਹਾਂ ਕਿ ਜਿਹੜੀ ਪੱਟੀ ਰੋਡ ਤੋਂ ਲੈ ਕੇ ਗਊਸ਼ਾਲਾ ਤੱਕ ਨਵਾਂ ਸੀਵਰ ਕਰ ਦਿੱਤਾ ਜਾਵੇ, ਅਤੇ ਜਿਹੜਾ ਪਹਿਲਾਂ ਜਿਹਾ ਲੰਬੀ ਰੋਡ ਨੂੰ ਜਾਂਦਾ ਸੀਵਰ ਹੈ ਸ਼ਹਿਰ ਦਾ ਉਹ ਕੱਟ ਆਫ ਕਰਕੇ ਬੰਦ ਕਰ ਦਈਏ, ਕਿਉਂਕਿ ਰੇਲਵੇ ਦਾ ਸਿਸਟਮ ਇੱਕ ਤਾਂ ਬਹੁਤ ਜ਼ਿਆਦਾ ਮਹਿੰਗਾ ਹੈ ਅਤੇ ਇੱਕ ਲੰਬਾ ਸਮਾਂ ਲੱਗੇਗਾ, 1 ਸਾਲ ਲੱਗ ਸਕਦਾ ਹੈ। ਪਰ ਸਾਡੀ ਮਨਸ਼ਾ ਹੈ ਕਿ ਜਿੰਨਾ ਸ਼ਹਿਰ ਨੂੰ ਮੁਸ਼ਕਿਲ ਆਈ ਹੈ ਆਉਣ ਵਾਲੇ 3 ਮਹੀਨੇ ਰਿਲੀਫ ਦੇ ਦਿੱਤਾ ਜਾਵੇ। ਉਸ ਲਈ ਅਸੀਂ ਪੱਟੀ ਚੌਂਕ ਤੋਂ ਲੈ ਕੇ ਇੱਕ ਗਊਸ਼ਾਲਾ ਸੀਵਰ ਦੀ ਵਿਵਸਥਾ ਕਰ ਰਹੇ ਹਾਂ, ਅਤੇ ਜਿੰਨੇ ਤੱਕ ਨਵਾਂ ਸੀਵਰ ਪਾਉਣ ਦਾ ਵਿਵਸਥਾ ਨਹੀਂ ਹੁੰਦੀ ਗੀ, ਭਾਰੂ ਗੇਟ ਕੋਲ ਇੱਕ RG ਪੰਪਿੰਗ ਸਟੇਸ਼ਨ ਬਣਾ ਕੇ ਅਤੇ ਉਸ ਨੂੰ ਅਸੀਂ ਜਿਹੜਾ ਸਾਡਾ ਰਿਵਾਹਾ ਰੋਡ ਤੱਕ ਪਾਣੀ ਦੀ ਨਿਕਾਸੀ ਕਰਨ ਦਾ ਪ੍ਰੋਗਰਾਮ ਬਣਾ ਰਹੇ ਹਾਂ ਤਾਂ ਕਿ ਜਿਹੜਾ 2-3 ਮਹੀਨੇ ਲੱਗਣਗੇ ਉਹ ਸ਼ਹਿਰ ਨੂੰ ਕਿਸੇ ਕਿਸੇ ਮੁਸ਼ਕਿਲ ਨਾ ਹੋਵੇ। ਸਰ, ਕਿੰਨਾ ਏਰੀਆ ਪ੍ਰਭਾਵਿਤ ਹੋਇਆ ਜੀ, ਕਿਹੜੇ ਕਿਹੜੇ ਵਾਰਡ? ਵਾਰਡ ਜਿਹੜੇ 35% ਸ਼ਹਿਰ ਦੇ ਰਹੀ 2, 4, 17, 18 ਹੁਣ 5 ਵਾਰਡ ਤਾਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਆ, ਕਿਉਂਕਿ ਬਾਕੀ ਜਿਹੜਾ ਬਠਿੰਡਾ ਰੋਡ ਤੋਂ ਪਰਦੇ ਵਾਲਾ ਇਲਾਕਾ ਪਹਿਲਾਂ ਲਾਲ ਕੋਠੀ 'ਤੇ ਜਾਂਦਾ, ਪਿੰਡ ਸਾਰਾ ਸੌਪਸਨ 'ਤੇ ਲੰਬੀ ਰੋਡ 'ਤੇ ਜਾਂਦਾ, ਪਰ ਸ਼ਹਿਰ ਦਾ ਜਿਹੜਾ ਅੰਦਰੂਨੀ ਸ਼ਹਿਰ ਦਾ ਪੁਰਾਣਾ ਇਲਾਕਾ ਉਹ ਸਾਰਾ ਸਾਡਾ ਲੰਬੀ ਰੋਡ ਡਿਸਪੋਜ਼ 'ਤੇ ਜਾ ਰਿਹਾ ਸੀ। ਕਿੰਨੇ ਦਿਨਾਂ ਦੇ ਵਿੱਚ ਬਹਾਲ ਕੀਤਾ ਜਾਊਗਾ ਜੀ? ਜਿਹੜਾ ਪ੍ਰਾਪਤ ਹੋਇਆ RG ਬਹਾਲ ਕਰਨਾ ਉਹ ਅਸੀਂ 4 ਦਿਨ ਦੇ ਵਿੱਚ ਇਹਦਾ ਕਰਾਂਗੇ ਕਿ ਲੋਕਾਂ ਨੂੰ ਕਿਸੇ ਮੁਸ਼ਕਿਲ ਨਾਲ 4-5 ਦਿਨ ਪੰਪਿੰਗ ਇੰਜਨ ਲੱਗ ਜਾਣਗੇ ਦੋਨਾਂ ਜਗ੍ਹਾ 'ਤੇ, ਪਰ ਜਿਹੜਾ ਇੱਕ ਟੈਂਪਰੇਰੀ ਡਿਸਪੋਜ਼ ਪਾਣੀ ਹੈ ਉਸ ਨੂੰ 7 ਦਿਨ ਤੋਂ ਲੈ ਕੇ 10 ਦਿਨ ਲੱਗ ਸਕਦੇ ਹੈ RG ਪੰਪਿੰਗ ਸਟੇਸ਼ਨ ਬਣਾਉਣ ਦੇ। ਇਹਦੇ ਵਿੱਚ ਹੁਣ ਐਸ ਨੂੰ ਰਿਪੇਅਰ ਕੀਤਾ ਜਾਵੇ? ਨਹੀਂ ਸਰ, ਰਿਪੇਅਰ ਨਹੀਂ ਸਰ, ਰਿਪੇਅਰ ਕਰਨਾ ਉਹਦੇ 2 ਤਰੀਕੇ ਹੈ। ਇੱਕ ਤਾਂ ਇਹ ਆਊਟਡੇਟਡ ਹੋ ਗਿਆ, ਇਹ ਸੇਮ ਵਾਲਾ ਸੀਵਰ ਨਹੀਂ ਹੈ, ਰਿਪੇਅਰ ਦਾ ਇਹਦਾ ਨਾ ਰਿਪੇਅਰ ਦੀ ਹੱਦ ਤੋਂ ਪਰਾਂ ਟੱਪ ਚੁੱਕਿਆ ਹੈ, ਇਹ ਨਵੀਂ ਤਕਨੀਕ ਦਾ ਸੀਵਰ ਪਾਉਣਾ ਪਵੇਗਾ ਜਾਂ ਪ੍ਰੈਸ਼ਰ ਟਾਈਪ ਜਾਂ ਅੰਡਰ ਵਾਟਰ ਕੰਮ ਕਰ ਸਕਦਾ। ਪਰ ਜੋ ਸਾਡਾ ਪਿਛਲਾ ਤਜਰਬਾ ਦੱਸਦਾ ਕਿ ਰੇਲਵੇ ਨਾਰਮਲੀ ਕੋਈ ਵੀ ਰੇਲਵੇ ਦੀ ਮਨਜ਼ੂਰੀ ਲੈਂਦੇ ਆ ਉਹ 8 ਮਹੀਨੇ ਤੋਂ ਲੈ ਕੇ 10 ਮਹੀਨੇ ਲੱਗ ਜਾਂਦੇ ਹਨ, ਤੇ ਇੱਕ ਉਹਨਾਂ ਦਾ ਪ੍ਰੋਸੈਸ ਬਹੁਤ ਕੋਸਟਲੀ ਹੈ। ਇੱਕ ਪਹਿਲਾਂ ਨਹੀਂ ਹੁੰਦਾ ਸੀ, ਹੁਣ ਹਰ 10 ਸਾਲ ਬਾਅਦ
ਕਰੀਬ 15 ਲੱਖ ਰੁਪਏ ਲੀਜ਼ ਮਨੀ ਲੈਂਦੇ ਹੈ, ਜੋ ਦੀ ਸਾਰੀ ਦੀ ਅਸੀਂ ਕੋਸਟ ਦੇਖਾਂਗੇ ਆਉਣ ਵਾਲੇ, ਮਤਲਬ ਜੇ 80 ਸਾਲ ਵਾਸਤੇ ਪਲੈਨ ਕਰਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਮਹਿੰਗਾ ਪਏਗਾ। ਅਤੇ ਨਾਲੇ ਸ਼ਹਿਰ ਦੇ ਲੋਕਾਂ ਦੀ ਵੀ, ਰਾਜਾ ਜੀ ਕੋਲ ਬੜੀ ਵਾਰੀ ਵਾਰੀ ਜਾ ਕੇ ਕਹਿੰਦੇ ਸੀਗੇ ਕਿ ਜਿਹੜੀ ਸਰਕਲ ਰੋਡ ਬਹੁਤ ਇਫੈਕਟ ਹੁੰਦੀ ਹੈ, ਅਸੀਂ ਇਸੇ 'ਤੇ ਵਰਕਆਊਟ ਕਰਦੇ ਹੋਏ ਅਤੇ ਜਿਹੜੀ ਆਪਣੇ ਪੱਟੀ ਚੌਂਕ ਤੋਂ ਲੈ ਕੇ ਗੋਸ਼ਾ ਰੋਡ ਦੀ ਆਪਸ਼ਨ ਕਰ ਰਹੇ ਹਾਂ ਕਿ ਉਸ 'ਤੇ ਸੀਵਰ ਪਾ ਦਈਏ, ਨਾਲ ਜਿਹੜੇ ਬਰਸਾਤੀ ਪਾਣੀ ਦਾ ਨਿਕਾਸ ਵੀ ਜਲਦੀ ਲੋਕਾਂ ਨੂੰ ਮਿਲ ਜੂਗਾ, ਰਿਲੀਫ ਵੀ ਮਿਲ ਜਾਏਗਾ ਅਤੇ ਕੰਮ ਵੀ ਜਲਦੀ ਨੇਪਰੇ ਚੜ ਜਾਏਗਾ। ਕਿੰਨੇ ਦਿਨ ਜਿਹੜੇ ਪ੍ਰਭਾਵਿਤ ਦੇ ਆ ਲੋਕਾਂ ਨੂੰ ਪਾਣੀ ਦੇ ਵਿੱਚ ਦਿੱਕਤ ਕੀ ਆਊਗੀ ਜੀ? ਲੋਕਾਂ ਨੂੰ ਦਿੱਕਤ ਇਹ ਆਏਗੀ ਕਿ ਜਿਹੜੀਆਂ ਗਲੀਆਂ ਵਿੱਚ, ਜਿਹੜੇ ਨੀਵੇਂ ਇਲਾਕੇ ਜਿਵੇਂ ਰੂਪਨਗਰ ਦੀਆਂ ਕੁਛ ਗਲੀਆਂ, ਟੋਨੀ ਪੰਡਿਤ ਦੀ ਗਲੀਆਂ, ਕੁਛ ਗਲੀਆਂ ਵਿੱਚ ਸੀਵਰ ਬੈਕ ਫਲੋ ਹੋ ਸਕਦਾ, ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉੱਥੇ ਕਾਰਜ ਇੰਜਨ ਲਗਾ ਕੇ ਨਾ ਹੁੰਦੀ ਹੈ, ਪਰ ਕਈ ਗੱਲਾਂ ਜਿਹੜੀ ਸਾਡੇ ਇੱਥੋਂ ਬਾਹਰ ਵੀ ਹੋ ਸਕਦੀਆਂ। ਅਤੇ ਪ੍ਰੈਸ ਰਹੀ ਮੈਂ ਬੇਨਤੀ ਲੋਕਾਂ ਨੂੰ ਕਰਾਂਗੇ ਕਿ ਇਸ ਸਮੇਂ ਇੱਕ ਤਾਂ ਪਾਣੀ ਦੀ ਵਰਤੋਂ ਬੜੀ ਲਿਮਿਟਡ ਕਰਨ, ਫਾਲਤੂ ਪਾਣੀ ਜੋ ਪੀਣ ਦਾ ਅਤੀ ਲੋੜੀਦਾ ਪਾਣੀ ਹੈ ਉਹ ਹੀ ਵਰਤਿਆ ਜਾਵੇ, ਅਤੇ ਜ਼ਰੂਰਤ ਮੱਲਾ ਦੇ ਸਾਰੀਆਂ ਥੋੜੀਆਂ ਲੋੜਾਂ ਘਟਾ ਕੇ ਅਤੇ ਸਾਨੂੰ ਕੋਆਪਰੇਟ ਕੀਤਾ ਜਾਵੇ। ਇਹਦੇ ਲਈ ਕੋਈ ਤੁਸੀਂ ਅਨਾਊਂਸਮੈਂਟ ਵਗੈਰਾ ਵੀ ਕਰਵਾ ਰਹੇ ਹੋ? ਅਸੀਂ ਹਾਂ ਬੁਨਿਆਦੀ ਵੀ ਕਰਵਾਵਾਂਗੇ ਅਤੇ ਸਾਡੀ ਪ੍ਰੈਸ ਅਤੇ ਜਿਹੜਾ ਸੋਸ਼ਲ ਮੀਡੀਆ ਉਸ 'ਤੇ ਵੀ ਕਹਿ ਰਹੇ ਹਾਂ, ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪ੍ਰੈਸ ਸਭ ਤੋਂ ਬਾਅਦ ਪਾਵਰਫੁਲ ਮੀਡੀਆ ਹੈ, ਉਹ ਅਨਾਊਂਸਮੈਂਟ ਜ਼ਿਆਦਾ ਬਿਹਤਰ ਹੋਏਗਾ। ਗਿੱਦੜਬਾਹ ਤੋਂ ਸੋਨੀ ਢੱਲਾ ਦੀ ਰਿਪੋਰਟ।